ਅੱਛਾ ਯਾਰ, ਹਕੀਮ ਸ਼ਹਿਜ਼ਾਦ ਉਰਫ ਲੂਹਾ ਪਾੜ ਦੀ ਸ਼ਾਦੀ ਜਿਹੜੀ ਦਾਨੀਆ ਸ਼ਾਹ ਨਾਲ ਥਈ ਹੈ, ਉਹਦਾ ਰੌਲਾ ਪਿਆ ਪੇ ਕਿਹਦੇ ਨਾਲ? ਆਸਿਫ ਜੱਟ ਨਾਲ, ਜਿਹੜਾ ਜੋ ਯੂਟਿਊਬਰ ਹੈ, ਉਹ ਵਿਲਾਗ ਸ਼ਿਲਾਗ ਬਣੇ ਦੇ ਅਤੇ ਡੇਲੀ ਬੇਸਿਸ ਦੇ ਕਰੰਟ ਅਫੇਅਰ ਦੇ ਉੱਤੇ ਯੂਟਿਊਬ ਦੇ ਉੱਤੇ ਕੰਟੈਂਟਸ ਕਹਿੰਦੇ, ਕਈ ਦੇ ਖਿਲਾਫ਼, ਕਈ ਦੇ ਹੱਕ, ਅਤੇ ਇਵੇਂ ਲੋੜ ਲੱਗਾ ਪਏ ਬਸ। ਅਤੇ ਮੋਹਤਰਮ, ਮੈਂ ਜਿਹੜੀ ਵੀਡੀਓ ਡਿੱਠੀ ਹੈ, ਹਕੀਮ ਸ਼ਹਿਜ਼ਾਦ ਹੁੰਦੀ ਇੱਕ ਬੇ ਕੋ ਮੰਦੇ ਕੱਢੀ ਪੈਣ, ਇੱਕ ਬੇ ਕੋ ਗਾਲੀ ਕੱਢੀ ਪੈਣ। ਹਕੀਮ ਸ਼ਹਿਜ਼ਾਦ ਇੱਕ ਦਾਨੀਆ ਸ਼ਾਹ ਦੀ ਸ਼ਾਦੀ ਦੇ ਨਾਲ ਕੋਈ ਲੱਖ ਵੀਡੀਓ ਸੱਟ ਚੁੱਕੇ ਯਾਰ, ਤਾਂ ਸ਼ਾਦੀ ਕੀਤੀ ਹੈ ਕਿਆ ਹੈ? ਕੋਈ ਉਹ ਰਿਹਾਨਾ ਜਿਹੜੀ ਗੁਲੂਕਾਰ ਹੈ ਅਮੈਰੀਕਨ ਦੀ, ਤਾਂ ਉਹਦੇ ਨਾਲ ਕੀਤੀ, ਲੈਡੀ ਡਿਆਨਾ ਨਾਲ ਕੀਤੀ, ਕਿਹਦੇ ਨਾਲ ਇਹਦੀ ਸ਼ਾਦੀ ਕੀਤੀ? ਜਿਹੜਾ ਖੁਦ ਝਲੀਂਦਾ ਨਹੀਂ ਵੀ ਤਾਂ ਖੁਦ ਡੋਲੇ ਵੱਟੀ ਵੱਧੀ ਦੇ ਖੁਦ ਤਬਾਹ ਕੀਤੀ ਵੱਧੀ ਮਖਲੂਕ ਉੱਥੀ ਹੋਣੀ ਹੈ ਸ਼ਾਦੀ ਥੀ ਗਈ ਹੈ। ਤੂੰ ਪਹਿਲਾ ਬੰਦਾ ਜਾਂ ਚਾਰ ਸ਼ਾਦੀਆਂ ਕਰ ਕੇ ਦੇਣ? ਪਹਿਲਾਂ ਦਾ ਬੰਦਾ ਢੋਲਕਾ ਵਜਾਈ ਪਈ ਯੱਕਾ, ਕਈ ਵੇਲੇ ਹੁਣ ਕੋਈ ਟਿਕਟਾਕ ਦਿਆ ਨਹੀਂ ਖੜੀ, ਕਈ ਵੇਲੇ ਯੂਟਿਊਬ ਦਿਆ ਨਹੀਂ ਖੜੀ। ਅਸਲ ਨਾ ਤੇਰਾ ਦਿਮਾਗ ਹੈ ਵੀ ਆ, ਤੂੰ ਬੜਾ ਬਿਜ਼ਨਸ ਮਾਇੰਡ ਦਾ ਬੰਦਾ ਹੀ, ਤਾਂ ਹੀ ਸ਼ਾਦੀ ਦੇ ਵਿੱਚ ਬੜੇ ਪੈਸੇ ਕਮਤ ਹੈ, ਜਿਹੜੇ ਪੈਸੇ ਟੱਕਾ ਨਾ ਲਾ ਦੇ ਸ਼ਾਦੀ ਕਰ ਗਈ ਦੀ, ਉਹ ਥੋੜ੍ਹੀ ਟਿਕਟਾਕ ਬਣੇਦੀ ਹੈ ਵਾਲਾ, ਹੁਣ ਹੁੰਦੀ ਵਜ੍ਹਾ ਤੂੰ ਥੋੜ੍ਹਾ ਫੇਮ ਸ਼ੇਮ ਮਿਲ ਗਿਆ, ਅਗਲੀ ਗੱਲ ਮੇਰੀ ਸਮਝ ਬਣੋ। ਬਸ ਅਸਲ ਮਾਮਲਾ ਨਾ ਉਹ ਜਿਵੇਂ ਆਦੇ ਨਾ, ਇਹ ਸਾਰਾ ਮਸਲਾ ਰੋਟੀ ਦਾ, ਗਾਲ ਮੁਕਾ, ਬਸ ਵੀਡੀਓ ਬੰਦ।